ਉਹਨਾਂ ਨੇ ਮੈਨੂੰ ਇੱਕ ਵਾਰ ਗੁੱਸੇ ਦੇ ਵਿੱਚ ਕਿਹਾ ਸੀ ਕਿ ਤੂੰ ਕਦੇ ਜ਼ਿੰਦਗੀ 'ਚ ਜੌਬ ਨਹੀਂ ਕਰ ਪਾਏਂਗਾ ਤੇ ਇਹ ਲਗਾ ਲੋ ਉਹ ਦਿਨ ਤੋਂ ਮੈਂ ਸਟੇਟਸ ਵੀ ਪਾਇਆ ਸੀ ਆਪਣੇ ਫੇਸਬੁਕ 'ਤੇ ਆਪਣੇ ਫੇਸਬੁਕ ਆਈਡੀ ਤੇ ਐਮ ਕੇ ਸੋਨੀ ਵਾਲੀ ਤੇ ਕਿ ਕਿ ਇਹ ਇਹੀ ਪੋਸਟਿੰਗ ਰੱਖੀ ਸੀ ਕਿ ਤੂੰ ਕਦੇ ਜੌਬ ਨਹੀਂ ਕਰ ਪਾਏਂਗਾ ਫਿਰ ਮੈਂ ਕਿਹਾ ਉਹ ਐਬਸੋਲੂਟਲੀ ਰਾਈਟ ਸੀ ਮੈਂ ਕਦੇ ਜੌਬ ਨਹੀਂ ਕਰ ਪਾਇਆ ਤੇ ਆਪਣਾ एंपਾਇਰ ਸਟੈਬਲਿਸ਼ ਕਰਨਾ ਸੀ ਉਹ एंपਾਇਰ ਹੁਣ ਸਟੈਬਲਿਸ਼ ਕਰ ਲਿਆ ਤੇ ਹੁਣ ਉਹਨਾਂ ਨੂੰ ਵੀ ਨਾਜ ਹੈਗਾ ਕਿ ਸਾਡੇ ਸਕੂਲ ਦਾ ਬੱਚਾ ਠਗੋਰ ਸਕੂਲ ਦਾ ਬੱਚਾ ਇੰਨਾ ਅੱਪ ਚਲੇ ਗਿਆ ਫੋਰਨ ਜਾ ਕੇ ਆਪਾਂ ਸਟੱਡੀ ਕਰ ਲਈ ਇੰਨਾ ਹੀ ਬਹੁਤ ਹੈਗਾ ਸਟੱਡੀ ਕਰਕੇ ਇਹ ਬੰਦੇ ਨੇ ਕੀ ਕਰ ਲੈਣਾ ਸ਼ਰੀਰ ਕੀਤੀ ਆਪਾਂ ਇੱਥੇ ਆ ਕੇ ਆਪਾਂ business ਸੈੱਟ ਕਰ ਲਿਆ ਹੁਣ business ਸੈੱਟ ਕਰਨ ਦਾ ਇਹੀ ਮੋਟਿਵ ਸੀ ਕਿ employment ਦੋ ਮੈਂ ਹੁਣ ਆਨਲਾਈਨ ਟਾਈਮ ਦੇ ਵਿੱਚ ਹੋਰ ਵੱਡਾ ਕਰਕੇ ਕਿ employment ਮੇਰੀ ਮੰਨ ਲਓ ਹੁਣ ਕੁਝ 100 ਦੇ ਵਿੱਚ ਵੀ ਨਹੀਂ ਹੈਗੀ ਪਰ ਹੁਣ ਮੈਂ ਹਜ਼ਾਰਾਂ ਦੇ ਵਿੱਚ ਵੀ ਆਣਾ ਹੈ ਟਾਈਮ 'ਚ ਹਾਂ ਮੈਂ এমਪਲੋਇਮੈਂਟ ਦਊਂਗਾ ਜੋ ਮੇਰੇ ਹਾਂ ਵੀ ਆਦਾ ਜਿੰਨਾ ਮੈਂ ਕਰ ਸਕਿਆ ਆ ਨੇ ਟਾਈਮ 'ਚ ਮੇਰਾ ਇਹ ਮੋਟਿਵ ਸੀ ਕਿ ਕੋਈ ਅਲੱਗ ਜੀ ਚੀਜ਼ ਕਰਾਂ ਮੈਂ ਇੰਡੀਆ ਦੇ ਵਿੱਚ ਬਹੁਤ ਵੱਡੇ ਵੱਡੀਆਂ ਕੰਪਨੀਆਂ ਵੇ ਨੇ ਲਾਈਕ ਵੈਲਸਫਨ ਵੀ ਹੈਗੀਆਂ ਰਾਈਟ ਹੈਂਡ ਵੀ ਹੈਗੀਆਂ ਮੈਂ ਕਿ ਕੋਈ ਉਹਨਾਂ ਦੇ ਨਾਲ ਕੋਈ ਅਲੱਗ ਜੀ ਚੀਜ਼ ਮੈਂ ਬਣਾਵਾ ਮੈਂ ਹੁਣ ਆਪਣਾ ਟਾਵਲ ਬਣਾ ਰਿਹਾ ਮੈਂ ਵੱਖਰੀ ਪਛਾਣ ਆਪਣੀ ਬਣਾਉਣਾ ਜਾ ਰਿਹਾ ਤੇ ਹੁਣ ਪੰਜਾਬ ਦੇ ਵਿੱਚ ਵੱਖਰਾ ਨਾਮ ਚੱਲ ਰਿਹਾ ਮੇਰਾ ਹੁਣ ਮੈਂ ਆਪਣੇ 6 ਬ੍ਰਾਂਡ ਵੀ ਆਪਣੇ ਲਾਂਚ ਕਰਤੇ ਸੀ ਤੇ ਆਪਣਾ ਟਾਵਲ 올 ਇੰਡੀਆ ਦੇ ਵਿੱਚ ਮਤਲਬ ਸਭ ਤੋਂ ਸਸਤੀ ਕੁਆਲਿਟੀ ਕਿਸੇ ਕੋਲ ਵੀ ਟੋਵਲ ਹੋਵੇ ਤਾਂ ਉਹ ਇਹ ਕਹਿਣਾ ਚਾਹੁੰਦਾ ਕਿ ਮੇਰੇ ਬ੍ਰਾਂਡ ਦਾ ਹੈਂਸਟਨ ਟੋਵਲ ਦਾ ਹਰ ਇੱਕ ਇੱਕ ਬੰਦੇ ਕੋਲ ਹੋਵੇ ਟੋਵਲ ਸਾਡਾ ਗਰੁੱਪ ਹੈਗਾ ਸੀ ਉੱਥੇ 7280 ਸਟੂਡੈਂਟ ਦਾ ਕਾਲਜ ਦੇ ਵਿੱਚ ਇੱਕ ਲਗਾ ਲੋ ਇਕਲੌਤਾ ਮੈਂ ਹੀ ਸੀ ਜਿਹੜਾ ਵਾਪਸ ਆਇਆ ਹਾਂ ਹਾਂਜੀ ਹੋਰ ਕੋਈ ਕਿਸੇ ਨੂੰ ਮੋਟੀਵੇਸ਼ਨ ਨਹੀਂ ਸੀ ਤੇ ਘਰ ਵੱਲੋਂ ਸਟਰੋਂਗ ਵੀ ਸੀ ਤੇ ਕੋਈ ਵਾਪਸ ਨਹੀਂ ਆਇਆ ਅਸੀਂ ਵੀ ਚਲੋ ਘਰ ਵੱਲੋਂ ਠੀਕ ਹੈਗੇ ਮੀਡੀਅਮ ਕਲਾਸ ਚ ਆਪਾਂ ਕਹਿ ਸਕਦੇ ਆਏ ਹੈਗੇ ਪਰ ਸੋਚ ਰੱਖੋ ਨਾ ਤਾਂ ਜੋ ਵੀ ਆਪਾਂ ਨੇ ਸੋਚਿਆ ਉਹ ਆਪਾਂ ਅੱਗੇ ਕਰ ਸਕਦੇ ਆ ਜੇ ਆਪਾਂ ਸੋਚ ਵੱਡੀ ਰੱਖਣੀ ਹੈ ਤਾਂ ਜੇ ਸੋਚ ਛੋਟੀ ਰੱਖਣੀ ਹੈ ਫਿਰ ਤੁਸੀਂ ਇਹ ਲਗਾ ਲਓ ਅਗਰ ਉੱਥੋਂ ਆਪਾਂ 3 ਲੱਖ ਛੱਡ ਕੇ ਇੱਥੇ ਆ ਕੇ 20 ਹਰ ਤੋਂ ਸਟਾਰਟ ਕਰਨਾ ਤਾਂ ਇਹ ਵੀ ਤੁਹਾਨੂੰ ਪਤਾ ਹੈ ਕਿ ਇੱਕ ਵਾਰ ਦਾ ਬੰਦਾ ਡਿਪਰੈਸ਼ਨ ਟਾਈਪ ਸੋਚਦਾ ਹੈ ਡਿਪਰੈਸ਼ਨ ਚ ਹੋ ਜਾਂਦਾ ਪਰ ਆਪਾਂ ਨਹੀਂ ਆਪਾਂ ਨੇ ਇਹ ਸੋਚਿਆ ਉਪਰ ਅਜ ਦੇਰ ਹੈਗੀ ਅੰਧੇਰ ਨਹੀਂ ਹੈਗਾ ਹਰ ਇੱਕ ਆਪਣੇ ਭਰਾ ਨੂੰ ਭੈਣਾਂ ਨੂੰ ਦੋਸਤਾਂ ਮਿੱਤਰਾਂ ਨੂੰ ਹਰ ਇੱਕ ਨੂੰ ਇਹੀ ਸਲਾਹ ਦਿੰਨਾ ਇਹ ਤੁਹਾਡਾ ਇੰਡੀਆ ਦੇ ਵਿੱਚ business ਸੈਟ ਹੈਗਾ ਜੇ ਕਰਨਾ ਚਾਹੁੰਦੇ ਹੋ ਤਾਂ ਸੋਚ ਰੱਖੋ ਅਗਰ ਸੋਚ ਵੱਡੀ ਹੈਗੀ ਨਾ ਤਾਂ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇਹ ਆ ਇਹ ਆਪਾਂ ਕਹਿੰਦੇ ਆ ਕਿ ਵੱਡੇ ਵੱਡੇ ਬੈਠੇ ਨੇ ਆ ਬਾਂਦੀਆਂ ਡਾਂਦੀ ਇਹ ਕੀ ਸੀ ਇਹ ਵੀ ਤੁਸੀਂ ਹਿਸਟਰੀ ਦੇਖੋ ਇਹਨਾਂ ਦੀ ਪੰਪ ਤੇ ਕੰਮ ਕਰਦੇ ਸੀ ਕਦੇ ਵੀ ਕਿਸੇ ਨੇ ਕੋਈ ਸੋਚ ਸੋਚ ਰੱਖਣੀ ਹੋਵੇ business ਦੀ ਕਦੇ ਵੀ ਕੋਈ ਸਲਾਹ ਲੈਣੀ ਹੋਵੇ ਜਿੱਦਾਂ ਮਰਜ਼ੀ ਮੈਨੂੰ ਫੋਨ ਕਰਕੇ ਪੁੱਛ ਸਕਦੇ ਨੇ ਹਾਂਜੀ ਮੈਂ ਆਪਣਾ ਹਾਂਜੀ ਭਾਈ ਨਾਤੇ ਜਾਂ ਕਿਸੇ ਨੂੰ ਸਲਾਹ ਲੈਣੀ ਹੋਵੇ ਤਾਂ ਮੈਂ ਭਾਈ ਨਾਤੇ ਉਹਨਾਂ ਨੂੰ ਸਲਾਹ ਦੇ ਸਕਦਾ ਮੈਂ ਬਹੁਤ ਬੰਦਿਆਂ ਨੂੰ ਸਲਾਹ ਦਿੰਦਾ ਰਹਿੰਦਾ ਯਾਰਾ ਦੋਸਤਾਂ ਨੂੰ ਬਹੁਤ ਬੰਦਿਆਂ ਦਾ ਮੈਂ ਬਿਜ਼ਨਸ ਵੀ ਸੈੱਟ ਕਰਵਾਇਆ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ ਦੋਸਤੋ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਣੇ ਆ ਤੇ ਅੱਜ ਵੀ ਇੱਕ ਐਸੀ ਚੀਜ਼ ਲੈ ਕੇ ਆਈਆਂ ਜੋ ਕਿ ਪਹਿਲਾਂ ਵੀ ਲੈ ਕੇ ਆਈਆਂ ਸਾਹਮਣੇ ਕਿਉਂਕਿ ਅਸੀਂ ਤੁਹਾਨੂੰ ਦਿਖਾਣਾ ਚਾਹੁੰਦੇ ਆ ਕਿ ਜੇ ਲੱਖਾਂ ਲੋਕ ਬਾਹਰ ਜਾਂਦੇ ਨੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਵਾਪਸ ਵੀ ਆਉਂਦੇ ਨੇ ਤੇ ਕੀ ਖਾਸ ਵਜ੍ਹਾ ਹੁੰਦੀ ਹੈ ਉਹਨਾਂ ਦੇ ਵਾਪਸ ਆਣ ਦੀ ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਕਿ ਸਾਰੇ ਤਾਂ ਬਾਹਰ ਨੂੰ ਭੱਜ ਰਹੇ ਨੇ ਫਿਰ ਇਹਨਾਂ ਦੀ ਲਾਈਫ ਦੇ ਵਿੱਚ ਐਵੇਂ ਦਾ ਕੀ ਆ ਜਾਂ ਫਿਰ ਇਹਨਾਂ ਦੀ ਕੀ ਸੋਚ ਆ ਕਿ ਇਹ ਬਾਹਰ ਜਾ ਕੇ ਆਏ ਨੇ ਕਿ ਉਹਨਾਂ ਨਾਲ ਉੱਥੇ ਕੀ ਪਰਤਿਆ ਹੁੰਦਾ ਕਿ ਉਹ ਫਿਰ ਤੋਂ ਵਾਪਸ ਆਉਂਦੇ ਨੇ ਆਪਣੇ ਹੀ ਦੇਸ਼ ਵਿੱਚ ਤੇ ਇੱਥੇ ਜਿਹੜਾ ਉਹ ਨਾਮ ਬਣਾਉਂਦੇ ਨੇ ਇੱਕ ਐਸੀ ਹੀ ਹਸਤੀ ਦੇ ਨਾਲ ਮੈਂ ਤੁਹਾਡੀ ਅੱਜ ਮੁਲਾਕਾਤ ਕਰਵਾਉਣ ਜਾ ਰਹੀਆਂ ਜੋ ਬਹੁਤ ਹੀ ਕਹਿ ਸਕਦੇ ਆ ਨਾਈਸ ਪਰਸਨ ਨੇ ਪਰਸਨਲੀ ਜਿੱਦਾਂ ਆਪਾਂ ਜਾਣਦੇ ਹੋਈਏ ਤਾਂ ਕਹਿ ਸਕਦੇ ਬਹੁਤ ਵਧੀਆ ਟ੍ਰੀਟ ਕਰਦੇ ਨੇ ਜਿੱਦਾਂ ਅਸੀਂ ਪਹਿਲੀ ਵਾਰ ਉਹਨਾਂ ਨੂੰ ਮਿਲੀਏ ਤਾਂ ਗੱਲਬਾਤ ਕਰਨ ਦਾ ਨਜ਼ਰੀਆ ਉਹਨਾਂ ਨੂੰ ਪਤਾ ਤੇ ਬਹੁਤ ਜ਼ਿਆਦਾ ਕਹਿ ਸਕਦੇ ਆ ਦੁਨੀਆ ਵੀ ਦੇਖ ਚੁੱਕੇ ਨੇ ਮੇਰੇ ਤੋਂ ਬਹੁਤ ਵੱਡੀ ਉਮਰ ਦੇ ਵੀ ਨੇ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪਹਿਲਾਂ ਉਹ ਫੋਰਨ ਦੇ ਵਿੱਚ ਸੀਗੇ ਤੇ ਹੁਣ ਜਿੱਦਾਂ ਉਹਨਾਂ ਦੀ ਉਮਰ ਦੇ ਹੀ ਨੌਜਵਾਨ ਜਿਹੜੇ ਨੇ ਬਾਹਰ ਜਾਂਦੇ ਨੇ ਤੇ ਉਹ ਕਿਉਂ ਵਾਪਸ ਆਏ ਨੇ ਵੋ ਲਗਾਤ ਕਰਵਾਨੀ ਹੈ ਤੁਹਾਡੇ ਨਾਲ ਸਸਿਕਾ ਜੀ ਠੀਕ ਠਾਕ ਹੋ ਸਸਿਕਾ ਮੈਮ ਅੱਲਾਹ ਤੁਹਾਨੂੰ ਬਹੁਤ ਸਵਾਗਤ ਕਰਦੇ ਆ ਤੁਹਾਡਾ ਪੰਜਾਬ ਨਿਊਜ਼ ਦੇ ਵਿੱਚ ਹਾਂਜੀ ਥੈਂਕ ਯੂ ਵੈਰੀ ਮਚ ਤੁਸੀਂ ਆਏ ਸਾਡਾ ਇੰਨਾ ਹੀ ਮਾਣ ਬਹੁਤ ਹੈਗਾ ਕਿ ਤੁਸੀਂ ਸਾਡਾ ਇੰਟਰਵਿਊ ਲੈਣ ਆਏ ਐ ਐਕਚੁਅਲੀ ਆਣਾ ਪਿਆ ਕਿਉਂਕਿ ਮਨਦੀਪ ਜੀ ਜਾਣਕਾਰੀ ਮਿਲੀ ਸੀਗੀ ਕਿ ਤੁਸੀਂ ਲੰਡਨ ਦੇ ਵਿੱਚ ਪੜ੍ਹਾਈ ਕੀਤੀ ਹੈ ਨਾ ਹਾਂਜੀ ਹਾਂਜੀ ਲੰਡਨ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਤੁਸੀਂ ਫਿਰ ਧੂਰੇ ਆ ਕੇ ਟਾਵਲਸ ਦਾ ਕਹਿ ਸਕਦੇ ਆਪਣਾ ਬਿਜ਼ਨਸ ਸਟਾਰਟ ਕੀਤਾ ਵੈ ਕੀ ਵਜ੍ਹਾ ਸੀ ਇਹਦੇ ਪਿੱਛੇ ਬੱਸ ਮੈਂ ਕਹਿੰਦੀ ਆ ਨਾ ਕਿ ਆਪਣੀ ਮਿੱਟੀ ਆਪਾਂ ਨੂੰ ਵਾਪਸ ਬੁਲਾਉਂਦੀ ਉਹੀ ਕੰਮ ਸੀ ਤੇ ਆਪਾਂ ਇੰਗਲੈਂਡ ਗਏ ਇੰਗਲੈਂਡ ਜਾ ਕੇ ਸਟੱਡੀ ਕੀਤੀ ਸਟੱਡੀ ਤੋਂ ਬਾਅਦ ਬਸ ਇਹ ਆਪਣੇ ਦਿਲ 'ਚ ਹੋ ਗਿਆ ਕਿ ਉੱਥੇ ਸਟੱਡੀ ਕਰਕੇ ਇੰਡੀਆ ਦੇ ਵਿੱਚ ਹੀ ਆਪਣਾ ਬਿਜ਼ਨਸ ਕੋਈ ਸਟੈਂਡ ਕਰਨਾ ਸਟੈਂਡ ਕਰਕੇ ਅੱਗੇ ਹਾਂ ਵੀ ਜੋ ਆਪਣੇ ਇੰਡੀਆ ਦੇ ਵਿੱਚ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੈਗੀ ਤੇ ਹੁਣ ਮੇਰੇ ਕੋਲੇ ਇਹ ਲਗਾ ਲਓ ਕਾਫੀ ਵਰਕਰ ਵੀ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਇੰਪਲੋਇਮੈਂਟ ਦਿਓ ਕਿ ਆਪਣੇ ਇੰਡੀਆ ਨੂੰ ਅੱਪ ਕਰੋ ਆਪਣੇ ਇੰਡੀਆ ਦੀ ਇਕੋਨਮੀ ਅਪ ਹੋ ਗਈ ਤਾਂ ਆਪਣਾ ਨਾਮ ਹੋਊਗਾ ਤੇ ਫੋਰਨ ਜਾ ਕੇ ਆਪਾਂ ਸਟੱਡੀ ਕਰ ਲਈ ਇੰਨਾ ਹੀ ਬਹੁਤ ਹੈਗਾ ਸਟੱਡੀ ਕਰਕੇ ਬੰਦੇ ਨੇ ਕੀ ਕਰ ਲੈਣਾ ਸ਼ਰੀਰ ਕੀਤੀ ਆਪਾਂ ਇੱਥੇ ਆ ਕੇ ਆਪਾਂ business ਸੈੱਟ ਕਰ ਲਿਆ ਹੁਣ business ਸੈੱਟ ਕਰਨ ਦਾ ਇਹੀ ਮੋਟਿਵ ਸੀ ਕਿ employment ਦੋ ਮੈਂ ਹੁਣ ਆਨਲਾਈਨ ਟਾਈਮ ਦੇ ਵਿੱਚ ਹੋਰ ਵੱਡਾ ਕਰਕੇ ਕਿ employment ਮੇਰੀ ਮਤਲਬ ਹੁਣ ਕੁਝ 100 ਦੇ ਵਿੱਚ ਵੀ ਨਹੀਂ ਹੈਗੀ ਪਰ ਹੁਣ ਮੈਂ ਹਜ਼ਾਰਾਂ ਦੇ ਵਿੱਚ ਵੀ ਆਨਲਾਈਨ ਟਾਈਮ 'ਚ ਹਾਂ ਵੀ employment ਦਊਂਗਾ ਜੋ ਮੇਰੇ ਹਾਂ ਵੀ ਆ ਤਾਂ ਜਿੰਨਾ ਮੈਂ ਕਰ ਸਕਿਆ ਆਨਲਾਈਨ ਟਾਈਮ 'ਚ ਜੀ ਇਹ ਦੱਸੋ ਤੁਸੀਂ ਬਾਹਰ ਜਦੋਂ ਰਹਿੰਦੇ ਸੀ ਉੱਥੇ ਕੰਮ ਕੀਤਾ ਤੁਸੀਂ ਹਾਂਜੀ ਮੈਮ ਮੈਂ ਪਾਰਟ ਟਾਈਮ ਉੱਥੇ ਸ਼ੈਫ ਦਾ ਕੰਮ ਕੀਤਾ ਸੀ ਤੇ ਸ਼ੈਫ ਤੋਂ ਬਾਅਦ ਕੁਝ ਘੰਟੇ ਮੈਂ ਪ੍ਰਾਈਮਰਕ ਸ਼ੋਰੂਮ 'ਚ ਕਰਦਾ ਸੀ ਸ਼ੋਰੂਮ 'ਚ ਟਾਵਲ ਦੀ ਨੌਲੇਜ ਲੈ ਕੇ ਫਿਰ ਆ ਕੇ ਮੈਮ ਇੱਥੇ ਮੈਂ ਬੀਨ ਐਸਟੈਬਲਿਸ਼ ਕੀਤਾ ਸੀ ਆਪਣਾ ਪਰਮਨਦੀਪ ਜੀ ਬਹੁਤ سارے ਕੰਮ ਹੁੰਦੇ ਨੇ ਹੋਰ ਤੁਸੀਂ ਟਾਵਲਸ ਦਾ ਹੀ ਕਿਉਂ ਚੁਣਿਆ ਕੀ ਵਜ੍ਹਾ ਸੀ ਕਦੀ ਕੁਝ ਫੀਲ ਨਹੀਂ ਆਇਆ ਕਿਉਂਕਿ ਆਪਾਂ ਟਾਵਲਸ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਅਪਤਾ ਨਹੀਂ ਹੈ ਪਰ ਜਦੋਂ ਤੁਸੀਂ ਬ੍ਰਾਂਡਡ ਟਾਵਲਸ ਵੀ ਰੱਖੇ ਹੋਏ ਨੇ ਤਾਂ ਕੀ ਸੋਚ ਸੀ ਕਿ ਮੈਂ ਆਹੀ ਚੀਜ਼ ਕਰਨੀ ਹੈ ਮੈਂ ਪ੍ਰਾਈਮਾਰਕ ਦੇ ਵਿੱਚ ਬਹੁਤ ਚੀਜ਼ਾਂ ਹੈਗੀਆਂ ਨੇ ਆਪਣੀ ਚੀਪ ਵੀ ਕਹਿ ਸਕਦੇ ਆ ਐਕਸਪੈਂਸਿਵ ਵੀ ਬਹੁਤ ਜ਼ਿਆਦਾ ਹੈਗੀਆਂ ਨੇ ਪਰ ਮੇਰਾ ਇਹ ਮੋਟਿਵ ਸੀ ਕਿ ਕੋਈ ਅਲੱਗ ਜੀ ਚੀਜ਼ ਕਰਾਂ ਮੈਂ ਇੰਡੀਆ ਦੇ ਵਿੱਚ ਬਹੁਤ ਵੱਡੇ ਵੱਡੀਆਂ ਕੰਪਨੀਆਂ ਵੀ ਨੇ ਲਾਈਕ ਵੈਲਸਪਨ ਵੀ ਹੈਗੀਆਂ ਡਰਾਈਡਨ ਵੀ ਹੈਗੀਆਂ ਮੈਂ ਕਿ ਕੋਈ ਉਹਨਾਂ ਦੇ ਨਾਲ ਕੋਈ ਅਲੱਗ ਜੀ ਚੀਜ਼ ਮੈਂ ਬਣਾਵਾ ਮੈਂ ਹੁਣ ਆਪਣਾ ਟਾਵਲ ਬਣਾ ਰਿਹਾ ਮੈਂ ਵੱਖਰੀ ਪਛਾਣ ਆਪਣੀ ਬਣਾਉਣਾ ਚਾਹ ਰਿਹਾ ਤੇ ਹੁਣ ਪੰਜਾਬ ਦੇ ਵਿੱਚ ਵੱਖਰਾ ਨਾਮ ਚੱਲ ਰਿਹਾ ਮੇਰਾ ਹੁਣ ਮੈਂ ਆਪਣੇ 6 ਬ੍ਰਾਂਡ ਵੀ ਆਪਣੇ ਲਾਂਚ ਕਰਤੇ ਸੀ ਤੇ ਆਪਣਾ ਟੋਵਲ 올 ਇੰਡੀਆ ਦੇ ਵਿੱਚ ਮਤਲਬ ਸਭ ਤੋਂ ਸਸਤੀ ਕੁਆਲਿਟੀ ਕਿਸੇ ਕੋਲ ਵੀ ਟੋਵਲ ਹੋਵੇ ਤਾਂ ਉਹ ਇਹ ਕਹਿਣਾ ਚਾਹੁੰਦਾ ਕਿ ਮੇਰੇ ਬ੍ਰਾਂਡ ਦਾ ਹੈਂਸਟਨ ਟੋਵਲ ਦਾ ਹਰ ਇੱਕ ਇੱਕ ਬੰਦੇ ਕੋਲ ਹੋਵੇ ਟੋਵਲ ਕਿ ਆਪਾਂ ਐਕਸਪੈਂਸਿਵ ਸਸਤਾ ਹਰ ਇੱਕ ਦੀ ਇਸ ਟਾਈਮ ਕੋਵਿਡ ਕਰਕੇ ਤੁਹਾਨੂੰ ਵੀ ਪਤਾ ਹੈ ਕਿ ਸਾਰਿਆਂ ਦੀ ਜੇਬ ਢਿੱਲੀ ਹੈਗੀ ਮੈਂ ਕਿਹਾ ਹਰ ਇੱਕ ਬੰਦੇ ਨੂੰ ਅਗਰ ਕੋਈ ਨੀਡ ਹੋਵੇ ਤਾਂ ਉਹਨੂੰ ਟੋਵਲ ਹੀ ਮਿਲੇ ਸਸਤਾ ਟੋਵਲ ਜਿਹੜਾ ਮਿਲੇ ਉਹ ਸਾਡਾ ਮਿਲੇ ਮਨਦੀਪ ਜੀ ਜਦੋਂ ਤੁਸੀਂ ਬਾਹਰ ਜਦੋਂ ਕੰਮ ਕੀਤਾ ਤੇ ਹੁਣ ਇੱਥੇ ਆ ਕੇ ਤੁਸੀਂ ਬੌਸ ਹੋ ਕੀ ਫਰਕ ਨਜ਼ਰ ਆਇਆ ਤੁਹਾਨੂੰ ਮੈਂ ਬੌਸ ਦੀ ਤਰ੍ਹਾਂ ਕਦੇ ਕਿਸੇ ਨਾਲ ਬਿਹੇਵ ਨਹੀਂ ਕਰਦਾ ਮੈਂ ਹਰ ਇੱਕ ਬੰਦੇ ਨਾਲ ਕੋਈ ਵੀ ਮੇਰਾ ਵਰਕਰ ਹੈਗਾ ਚਾਹੇ ਸੁਪਰਵਾਈਜ਼ਰ ਹੈਗਾ ਮੈਂ ਫ੍ਰੈਂਡਲੀ ਰਹਿਣਾ ਚਾਹੇ ਕੋਈ ਫੈਕਟਰੀ ਦਾ ਕੋਈ ਕਿਤੇ ਬਾਹਰ ਜਾਂਦੇ ਆ ਕੋਈ ਵੀ ਮਾਲਕ ਹੋਵੇ ਤੇ ਉਹਨਾਂ ਨਾਲ ਹਰ ਇੱਕ ਨਾਲ ਮੈਂ ਫ੍ਰੈਂਡਲੀ ਬਿਹੇਵੀ ਕਰਦਾ ਕਦੇ ਮੈਂ ਸੋਚਿਆ ਨਹੀਂ ਕਿ ਮੈਂ ਬੌਸ ਬਣ ਕੇ ਕਰਨਾ ਅਜੇ ਵੀ ਇਹ ਲਗਾ ਲਓ ਉੱਪਰ ਵਾਲੇ ਦੀ ਦੇਣ ਹੈਗੀ ਕੀ ਹਾਂ ਜੀ ਹੋਲੀ ਦੀ ਕਰਦੇ 2 ਲੱਖ ਤੋਂ ਸ਼ੁਰੂ ਕਰਕੇ ਹੁਣ ਇਹ ਲਗਾ ਲੋ 10 ਕਰੋੜ ਤੋਂ ਉੱਪਰ ਦੀ ਆਪਾਂ ਸੇਲ ਕਰ ਰਹੇ ਹਾਂ ਇਹ ਵੀ ਇਹ ਕਾਉਂਗਾ ਉੱਪਰ ਦੀ ਮੇਰ ਹੈਗੀ ਤਾਂ ਹੀ ਅਸੀਂ ਕਰ ਰਹੇ ਹਾਂ ਹੁਣ ਸੋਚਿਆ ਹੋਇਆ ਕਿ 10 ਤੋਂ 100 ਕਰੋੜ ਕਿੱਦਾਂ ਕਰਨਾ ਇਹ ਵੀ ਆਉਣ ਵਾਲੇ ਟਾਈਮ ਦੀ ਸੋਚ ਹੈਗੀ ਕਿ ਆਪਾਂ ਅੱਗੇ-ਅੱਗੇ ਹੋਰ ਵੱਡਾ ਬਿਜ਼ਨਸ ਕਿੱਦਾਂ ਕਰਨਾ ਬਸ ਸੋਚ ਲੈ ਕੇ ਚੱਲ ਰਹੇ ਹਾਂ ਜੀ ਅੱਛਾ ਜੀ ਪਰ ਜਿੱਦਾਂ ਦੇਖਿਆ ਜਾਂਦਾ ਕਿ ਬਾਹਰ ਕੰਮ ਦੀ ਨਾ ਵੈਲਿਊ ਪਾਈ ਜਾਂਦੀ ਹੈ ਕਿ ਉਹਨਾਂ ਨੂੰ ਜ਼ਿਆਦਾ ਪੇ ਕੀਤਾ ਜਾਂਦਾ ਤੁਸੀਂ ਵਾਪਸ ਆਏ ਹੋ ਮੈਂ ਇਹ ਚੀਜ਼ ਤੁਹਾਨੂੰ ਬਾਰ-ਬਾਰ ਤਾਂ ਪੁੱਛ ਰਹੀ ਕਿ ਮੈਂ ਜਾਨਣਾ ਚਾਹਨੀ ਹੈ ਕਿ ਸਾਰੇ ਤਾਂ ਬਾਹਰ ਨੂੰ ਭੱਜਦੇ ਨੇ ਤੇ ਤੁਸੀਂ ਵਾਪਸ ਕਿਉਂ ਆਏ ਹੋ ਤੁਹਾਨੂੰ ਇਦਾਂ ਨਹੀਂ ਹੋਇਆ ਕਿ ਮੈਂ ਉੱਥੇ ਹੀ ਇਹਨੂੰ ਸਟਾਰਟ ਕਰ ਲਾਂ ਮੈਨੂੰ ਜ਼ਿਆਦਾ ਇਨਕਮ ਹੋਏਗੀ ਮੈਮ ਮੈਨੂੰ ਇਨਕਮ ਦੀ ਉੱਥੇ ਕੋਈ ਕਮੀ ਨਹੀਂ ਸੀ ਮੇਰਾ ਇਹ ਲਗਾ ਲਓ 2 ਤੋਂ 3 ਲੱਖ ਰੁਪਏ ਇੰਡੀਆ ਦਾ ਮੈਨੂੰ ਉੱਥੇ ਸੇਵਿੰਗ ਹੋ ਰਹੀ ਸੀ ਪਰ ਫਿਰ ਵੀ ਮੈਂ ਆਪਣਾ ਸੋਚਿਆ ਸੀ ਕਿ ਇੰਡੀਆ ਚ ਜਾ ਕੇ ਆਪਣਾ business ਸਟੈਂਡ ਕਰਨਾ ਤੇ ਐਕਸਪੋਰਟ ਵੀ ਕਰਨਾ ਹੁਣ ਅਸੀਂ ਯੂਐਸਏ ਤੇ ਆਸਟ੍ਰੇਲੀਆ ਐਕਸਪੋਰਟ ਸਟਾਰਟ ਕਰਨ ਲੱਗੇ ਆਂ ਤੇ ਲਾਇਸੈਂਸ ਵੀ ਲੈ ਲਿਆ ਸੀ ਐਕਸਪੋਰਟ ਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਹਾਂਜੀ ਆਪਣਾ ਜਿਹੜਾ ਟਾਵਲ ਹੈਗਾ ਹਿੰਸਟਨ ਦਾ ਜਾਂ ਹੋਰ ਵੀ ਵਾਇਰਾਈਟੀ ਆਪਾਂ ਦੇਣੀ ਹੋਈ ਤੇ ਅਸੀਂ ਨਾਮ ਕਮਾਣਾ ਚਾਹੁੰਦੇ ਹਾਂ ਫੋਰਨ ਜਾ ਕੇ ਇੰਡੀਆ ਦਾ ਨਾਮ ਹੋਵੇ ਇਹ ਇਹ ਨਾ ਹੋਵੇ ਕਿ ਫੋਰਨ 'ਚ ਰਹਿ ਕੇ ਕਿ ਇੰਡੀਆ ਦੇ ਬੰਦੇ ਆ ਕੇ ਇੱਥੇ ਕੰਮ ਕਰ ਰਹੇ ਨੇ ਉਹ ਚੀਜ਼ ਨਹੀਂ ਆਪਾਂ ਉਹ ਜਿਹੜੀ ਤੁਹਾਡੀ ਸੋਚ ਹੈ ਕਿ ਇਹ ਸਭ ਦੀ ਹੈ ਉੱਥੇ ਤੁਹਾਡੇ ਨਾਲ ਆਸ-ਪਾਸ ਦੇ ਲੋਕ ਰਹਿੰਦੇ ਸੀ ਉਹ ਵੀ ਵਾਪਸ ਆਣ ਬਾਰੇ ਸੋਚਦੇ ਸੀਗੇ ਮੈਮ ਇਹ ਲਗਾ ਲਓ ਸਾਡਾ ਗਰੁੱਪ ਹੈਗਾ ਸੀ ਉੱਥੇ 7280 ਸਟੂਡੈਂਟ ਦਾ ਕਾਲਜ ਦੇ ਵਿੱਚ ਇਹ ਲਗਾ ਲਓ ਇਕਲੌਤਾ ਮੈਂ ਹੀ ਸੀ ਜਿਹੜਾ ਵਾਪਸ ਆਇਆ ਹਾਂ ਅੱਛਾ ਹਾਂਜੀ ਹੋਰ ਕੋਈ ਕਿਸੇ ਨੂੰ ਮੋਟੀਵੇਸ਼ਨ ਨਹੀਂ ਸੀ ਤੇ ਘਰ ਵੱਲੋਂ ਸਟਰੋਂਗ ਵੀ ਸੀ ਤੇ ਕੋਈ ਵਾਪਸ ਨਹੀਂ ਆਇਆ ਅਸੀਂ ਵੀ ਚਲੋ ਘਰ ਵੱਲੋਂ ਠੀਕ ਹੈਗੇ ਮੀਡੀਅਮ ਕਲਾਸ 'ਚ ਆਪਾਂ ਕਹਿ ਸਕਦੇ ਹਾਂ ਅਸੀਂ ਹੈਗੇ ਪਰ ਸੋਚ ਰੱਖੋ ਨਾ ਤਾਂ ਜੋ ਵੀ ਆਪਾਂ ਨੇ ਸੋਚਿਆ ਉਹ ਆਪਾਂ ਅੱਗੇ ਕਰ ਸਕਦੇ ਹਾਂ ਜੇ ਆਪਾਂ ਸੋਚ ਵੱਡੀ ਰੱਖਣੀ ਹੈ ਤਾਂ ਜੇ ਸੋਚ ਛੋਟੀ ਰੱਖਣੀ ਹੈ ਫਿਰ ਤੁਸੀਂ ਇਹ ਲਗਾ ਲਓ ਅਗਰ ਉੱਥੋਂ ਆਪਾਂ 3 ਲੱਖ ਛੱਡ ਕੇ ਇੱਥੇ ਆ ਕੇ 20 ਹਜ਼ਾਰ ਤੋਂ ਸਟਾਰਟ ਕਰਨਾ ਤਾ ਇਹ ਵੀ ਤੁਹਾਨੂੰ ਪਤਾ ਹੈ ਕਿ ਇੱਕ ਵਾਰ ਤਾਂ ਬੰਦਾ ਡਿਪਰੈਸ਼ਨ ਟਾਈਪ ਸੋਚਦਾ ਹੈ ਡਿਪਰੈਸ਼ਨ ਚ ਹੋ ਜਾਂਦਾ ਪਰ ਆਪਾਂ ਨਹੀਂ ਆਪਾਂ ਨੇ ਇਹ ਸੋਚਿਆ ਉਪਰ ਅਜੇ ਧੇਰ ਹੈਗੀ ਅੰਧੇਰ ਨਹੀਂ ਹੈਗਾ ਟਾਈਮ ਲੱਗਦਾ ਬਸ ਟਾਈਮ ਤੁਸੀਂ ਦੇਖ ਰਹੇ ਹੋ ਜਿੱਦਾਂ ਤੁਸੀਂ ਬਾਹਰ ਜਾ ਕੇ ਹੋ ਤਾਂ ਇਹ ਚੀਜ਼ ਜ਼ਰੂਰ ਦਰਸ਼ਕਾਂ ਨੂੰ ਦੱਸੋ ਬਹੁਤ ਜ਼ਿਆਦਾ ਹੋਣਗੇ ਜੋ ਬਾਹਰ ਜਾਣ ਦੀ ਪਲਾਨਿੰਗ ਕਰ ਰਹੇ ਹੋਣਗੇ ਕਿ ਬਾਹਰ ਦੀ ਲਾਈਫ ਕਿਵੇਂ ਦੀ ਹੈ ਸਟਰਗਲ ਸੁਣਿਆ ਵਾ ਕਿ ਬਹੁਤ ਜ਼ਿਆਦਾ ਹੈ ਜਿਵੇਂ ਤੁਸੀਂ ਜਾ ਕੇ ਵੀ ਆਏ ਹੋ ਪਰਸਨ ਸੋਰੀ ਪਰਸਨਲੀ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਵਾ ਮੈਂ ਬਾਰ ਦੀ ਲਾਈਫ ਇਹ ਲਗਾ ਲੋ ਮੈਨੂੰ ਕੋਈ 에어ਪੋਰਟ ਤੇ ਪਿਕ ਨਹੀਂ ਕਰਨਾ ਆਇਆ ਸੀ ਮੈਂ 에어ਪੋਰਟ ਤੋਂ ਹੀ ਅਦਾਂ ਪਹਿਲਾਂ ਕੋਈ ਰੂਮ ਦੇਖਿਆ ਰੂਮ ਲਈ ਦੇਖਿਆ ਕਿਸੇ ਹੋਰ ਨੂੰ ਫੋਨ ਫੋਨ ਕੀਤਾ ਪੀਜੀ ਵਗੈਰਾ ਨੂੰ ਫੋਨ ਕੀਤਾ ਪੀਜੀ ਤੇ ਪਤਾ ਕੀਤਾ ਕੋਈ ਰੂਮ ਮਿਲ ਜਾਵੇ ਇਹ ਲਗਾ ਲੋ 에어ਪੋਰਟ ਤੇ ਮੈਂ 4 ਘੰਟੇ ਹੀ ਦੇਖਦਾ ਰਿਹਾ ਲੰਡਨ ਹੀਥਰੋ 에어ਪੋਰਟ ਤੇ ਤੇ ਉਸ ਤੋਂ ਬਾਅਦ ਜਾ ਕੇ ਮੈਂ ਰੂਮ ਦਾ ਪਤਾ ਕੀਤਾ 4 ਘੰਟੇ ਬਾਅਦ ਹਮ ਕਰ ਕਰ ਕੇ ਫਿਰ ਇੱਕ ਰੂਮ ਦੇਖਿਆ ਪੇ ਕਿਸੇ ਨੋਨ ਪਰਸਨ ਦਾ ਪਤਾ ਕੀਤਾ ਕਿ ਹਾਂ ਵੀ ਇਹ ਬੰਦਾ ਆਪਣੇ ਸਾਨੇ ਵਾਲ ਦਾ ਹੈਗਾ ਤੇ ਉਹਨਾਂ ਨੇ ਮੈਨੂੰ ਇਹ ਲਗਾ ਲੋ 2 ਦਿਨ ਲਈ ਰੱਖਿਆ ਸੀ 2 ਦਿਨ ਲਈ ਉਹ ਵੀ ਫੋਨ ਨੰਬਰ ਲੈ ਕੇ ਇੰਡੀਆ ਤੋਂ ਫਿਰ ਸਟਰਗਲ ਹੈਸ ਤੋਂ ਨੂੰ ਆ ਵੀ ਤੋਂ ਪਹਿਲੇ ਡੇ ਦਾ ਹੀ ਦੱਸ ਰਹੇ ਆ 4 ਘੰਟੇ ਏਅਰਪੋਰਟ ਤੇ ਵੇਟ ਕਰਕੇ ਫਿਰ ਮੈਂ ਉਹਨਾਂ ਦੇ ਕੋਲ ਰਿਕੇਆ ਸਿਰਫ 2 ਦਿਨ ਲਈ 2 ਦਿਨ ਵੀ ਰੁਕੇਆ ਸਵੇਰ ਤੋਂ ਸ਼ਾਮ ਤੱਕ ਮੈਂ ਬਾਹਰ ਰਹਿੰਦਾ ਸੀ ਰੂਮ ਦੇਖਣ ਲਈ ਪੇ ਰੂਮ ਦੇਖਿਆ ਉਸ ਤੋਂ ਬਾਅਦ 2 ਦਿਨ ਬਾਅਦ ਉਹਨਾਂ ਦਾ ਥੈਂਕ ਯੂ ਕਰਕੇ ਪੇ ਰੱਗੇ ਆ ਕਿ ਆਪਣਾ ਸੈਟਿੰਗ ਕੀਤੀ ਰੂਮ ਦੀ ਹਾਂਜੀ ਸੋਚ ਲਾ ਹੈਗਾ ਨਾ ਕੀ ਕੀ ਸਲਾਹ ਦੇਣਾ ਚਾਹੁੰਦੇ ਹੋ ਫਿਰ ਵੀ ਕੀ ਜੇ ਤੁਸੀਂ ਜਾਣਾ ਜਾਂ ਫਿਰ ਇੱਥੇ ਕੁਝ ਸਟਾਰਟ ਕਰੋ ਕੀ ਸਲਾਹ ਦਵਾਂਗੇ ਮੈਂ ਮੈਂ ਤਾਂ ਹਰ ਇੱਕ ਆਪਣੇ ਭਰਾ ਨੂੰ ਭੈਣਾ ਨੂੰ ਦੋਸਤਾਂ ਮਿੱਤਰਾਂ ਨੂੰ ਹਰ ਇੱਕ ਨੂੰ ਇਹੀ ਸਲਾਹ ਦਿੰਨਾ ਜੇ ਤੁਹਾਡਾ ਇੰਡੀਆ ਦੇ ਵਿੱਚ ਬਿジネス ਸੈਟ ਹੈਗਾ ਜੇ ਕਰਨਾ ਚਾਹੁੰਦੇ ਹੋ ਤਾਂ ਸੋਚ ਰੱਖੋ ਅਗਰ ਸੋਚ ਵੱਡੀ ਹੈਗੀ ਨਾ ਤਾਂ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇਹ ਆ ਇਹ ਆਪਾਂ ਕਹਿੰਦੇ ਆ ਕਿ ਵੱਡੇ ਵੱਡੇ ਬੈਠੇ ਨੇ ਆ ਬਾਨੀਆਂ ਡਾਨੀਆਂ ਇਹ ਕੀ ਸੀ ਨੇ ਵੀ ਤੁਸੀਂ ਹਿਸਟਰੀ ਦੇਖੋ ਇਹਨਾਂ ਦੀ ਪੰਪ ਤੇ ਕੰਮ ਕਰਦੇ ਸੀ ਅਸੀਂ ਚਲੋ ਸ਼ੈਫ ਦਾ ਕੰਮ ਕਰ ਲਿਆ ਲੰਡਨ 'ਚ ਤੇ ਆਨ ਆਨ ਟਾਈਮ 'ਚ ਦੱਸ ਸਕਦੇ ਹਾਂ ਅਜੇ ਦੇਖਿਆ ਜਾਵੇ ਤਾਂ ਮੇਰੀ ਏਜ 30 30 ਸਾਲ ਲਗੀ ਤੇ ਆਨ ਆਨ ਟਾਈਮ 'ਚ ਬਹੁਤ ਉਮਰ ਪਈ ਹੈ ਕਿ ਆਨ ਆਨ ਟਾਈਮ 'ਚ ਕਿਦਾਂ ਆਪਾਂ ਨੇ ਦੱਸਣਾ ਕਿ ਉਮਰ ਹੈਗੀ ਕੰਮ ਕਿਦਾਂ ਵਧਾਣਾ ਸੋਚ ਕਿਦਾਂ ਰੱਖਣੀ ਤੇ ਇਹ ਲਗਾ ਲਓ ਨੈਕਸਟ ਮੰਥ ਮੇਰੇ 10 ਸਾਲ ਵੀ ਕੰਪਲੀਟ ਹੋ ਰਹੇ ਨੇ ਇੱਥੇ ਅਬੀਨਸ ਤੇ ਤੇ ਹਾਂਜੀ ਮੈਂ ਆਂਦੇ ਸਾਰੀ ਮੈਂ ਸਟੱਡੀ ਤੱਕ ਹੀ ਲਗਾ ਲਓ ਸਟੱਡੀ ਕਰਕੇ ਨਾਲ ਹੀ ਉਥੇ ਲੀਵ ਕਰਤਾ ਸੀ ਇੰਗਲੈਂਡ ਮੇਰੇ ਕੋਲ ਵੀਜ਼ਾ ਵੀ ਪਿਆ ਸੀ ਬਸ ਸੋਚ ਸੀ ਕਿ ਆਪਣਾ ਇੱਥੇ ਬਿਜ਼ਨਸ ਕਰਨਾ ਕੁਝ ਵੀ ਕਰਨਾ ਪਰ ਆਪਣਾ ਕਰਨਾ ਨਾ ਜੋਬ ਕਰਨੀ ਤੇ ਹੋਲੀਵੁੱਡ ਹੀ ਕਰਦੇ ਕਰਦੇ ਤੁਹਾਨੂੰ ਮੈਂ ਦੱਸ ਰਿਹਾ ਦੋ ਲੱਖ ਤੋਂ ਇਹ 10 ਸਾਲਾਂ ਚ 10 ਕਰੋੜ ਤੇ ਆਇਆ ਇਹ ਸੇਲ ਸਿਰਫ ਉੱਪਰ ਵਾਲੇ ਦੀ ਦੇਣ ਹੈਗੀ ਹਾਂਜੀ ਉੱਪਰ ਵਾਲੇ ਨੇ ਸਾਨੂੰ ਮੇਰਾ ਬਖਸ਼ਿਆ ਤੇ ਅੱਗੇ ਆਣਾ ਟਾਈਮ ਦੇ ਵਿੱਚ ਵੀ ਮੈਂ ਇਹ ਸੋਚ ਕੇ ਚੱਲ ਰਿਹਾ ਕਿ ਆਨਾਲੇ 10 ਸਾਲਾਂ ਚ ਅੱਗੇ ਮੈਂ 100 ਕਰੋੜ ਦੀ ਸੇਲ ਕਿੱਦਾਂ ਕਰਨੀ ਇਹ ਪਲੈਨਿੰਗ ਕਰਕੇ ਚੱਲੋ ਜੇ ਆਪਣੀ ਸੋਚ ਵੱਡੀ ਹੈ ਤਾਂ ਸੋਚ ਵੱਡੀ ਹੋਗੀ ਅਗਰ ਸੋਚ ਇਹ ਲਗਾ ਲਓ ਕੱਖਾਂ ਦੇ ਨਹੀਂ ਸੀ ਹੁਣ ਲੱਖਾਂ ਦੇ ਹੈਗੇ ਹੁਣ ਲੱਖਾਂ ਤੋਂ ਕਰੋੜਾਂ ਦੇ ਕਿੱਦਾਂ ਹੋਣਾ ਇਹ ਉੱਪਰ ਵਾਲੇ ਦੇਨ ਹੈਗੀ ਸੋਚ ਵੱਡੀ ਨਹੀਂ ਹੋਗੀ ਤਾਂ ਤੁਸੀਂ ਮੈਂ ਕਹਾਂਗਾ ਲੱਖਾਂ ਤੋਂ ਕੱਖਾਂ ਦੇ ਹੋ ਜੂਗੇ ਵੱਡੇ ਵੱਡੇ ਬੰਦੇ ਤੁਸੀਂ ਦੇਖੇ ਹੋਗੇ ਆਪਣੇ ਹੁਣ ਇੱਕ ਕੰਪਨੀ ਇੰਨਾ ਮੀਰ ਦੂਸਰਾ ਉਸ ਤੋਂ امیر ਸੀ ਉਹ نیچے ਕਿਉਂ ਆਇਆ ਸੋਚ ਇਹ ਸੋਚ ਵੱਡੀ ਰੱਖਦਾ ਪਲਾਨਿੰਗ business ਦੀ ਕਿੱਦਾਂ ਕਰਨੀ ਉੱਥੋਂ ਜੀ ਬੰਦਾ نیچے ਜਾਂਦਾ ਹੁਣ ਕਿੰਗ ਫਿਸ਼ਰ ਆਲਾ ਕਿੱਦਾਂ نیچے ਆਇਆ ਸੋਚ ਸੋਚ ਉਹਰੀ ਇਹ ਸੀ ਕਿ ਹਾਂ ਵੀ ਇੰਡੀਅਨ ਗਵਰਨਮੈਂਟ ਦੇ ਪੈਸੇ ਖਾ ਲੋ ਬੈਂਕ ਕਰਪਟ ਹੋ ਕੇ ਇੱਥੋਂ ਨਿਕਲ ਜਾਓ ਕੀ ਮਿਲਿਆ ਚਾਹੇ ਇਨਾ ਨਾਮ ਸੀ ਬਦਨਾਮੀ ਕਰਾ ਕੇ ਗਿਆ ਸਾਡੀ ਸੋਚ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੀ ਅਸੀਂ ਇੰਡਸਟਰੀ ਦਾ ਵੀ ਸੋਚਿਆ ਇੰਡਸਟਰੀ ਵੀ ਲਗਾਉਂਗਾ ਪਰ ਇਹ ਵੀ ਟਾਈਮ ਹੈਗਾ ਪਲੈਨਿੰਗ ਕਰਕੇ ਚੱਲਦੇ ਹਾਂ ਠੀਕ ਹੈ ਜੀ ਹਾਂ ਅਚੂਰ ਮਨਦੀਪ ਜੀ ਬਹੁਤ ਵਧੀਆ ਗੱਲਾਂ ਦੱਸ ਰਹੇ ਨੇ ਜਿਹੜੇ ਨੌਜਵਾਨ ਹੈਗੇ ਬੈਠੇ ਨੇ ਔਰ ਇਹ ਦਰਸ਼ਕ ਦੇਖ ਰਹੇ ਨੇ ਜ਼ਰੂਰ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਕਿਉਂਕਿ ਇਹ ਬਾਹਰ ਜਾ ਕੇ ਆਏ ਨੇ ਐਕਸਪੀਰੀਅੰਸ ਲੈ ਕੇ ਆਏ ਨੇ ਉੱਥੇ ਦਾ ਕਿ ਕੀ ਕੀ ਵਾਪਰਦਾ ਮਨਦੀਪ ਜੀ ਇੱਕ ਚੀਜ਼ ਪਰਸਨਲ ਕੁਐਸਚਨ ਹੈ ਮਨਦੀਪ ਸੋਨੀ ਤੋਂ ਐਮ ਕੇ ਸੋਨੀ ਤੁਹਾਡਾ ਸੁਣਨ ਚਾਇਆ ਕਿ ਨਾਮ ਜਿਹੜਾ ਉਹਦਾ ਸਫਰ ਦੱਸੋ ਕਿ ਤੁਸੀਂ ਪੋਲਿਟਿਕਸ ਵੱਲ ਰੁਕ ਕਰ ਰਹੇ ਹੋ ਨੇਮਮ ਉਹ ਐਕਚੁਅਲੀ ਆਪਣੇ ਜਿਹੜੇ ਉਪ ਮੁੱਖ ਮੰਤਰੀ ਜੀ ਹੈਗੇ ਨੇ ओपी ਸੋਨੀ ਜੀ ਤੇ ਤੁਹਾਨੂੰ ਪਤਾ ਕਿ ਕਿੰਨੇ ਇਮਾਨਦਾਰ ਇਸ ਸਮੇਂ ਪੰਜਾਬ ਦੇ ਸਭ ਤੋਂ ਇਮਾਨਦਾਰ ਉਪ ਮੁੱਖ ਮੰਤਰੀ ਜੀ ਹੈਗੇ ਨੇ ਤੇ ਇਹ ਲਗਾ ਲਓ ਸਾਡੀ ਵਿਕਾਸ ਸੇਮ ਹੈਗੀ ਸੋਨੀ ਅਸੀਂ ਹੈਗੇ ਨੇ ਤੇ ਅਸੀਂ ਆਪਣਾ ਨਾਮ ਬੀਨਸ ਦੇ ਵਿੱਚ ਚਮਕਾ ਰਹੇ ਹਾਂ ਕਿ ਹਾਂ ਜੀ ਆਪਾਂ ਵੀ ਐਮ ਕੇ ਸੋਨੀ ਜੀ ਦਾ ਮੇਰਾ ਪੂਰਾ ਨਾਮ ਹੈਗਾ ਮਨਦੀਪ ਕੁਮਾਰ ਸੋਨੀ ਕਿ ਐਮ ਕੇ ਸੋਨੀ ਤੋਂ ਜਿਵੇਂ ਉਹਨਾਂ ਨੇ ਓਮ ਪ੍ਰਕਾਸ਼ ਸੋਨੀ ਤੋਂ ਐ ਮੀ او ਪੀ ਸੋਨੀ ਰਖ ਲਿਆ ਮੈਂ ਕਿ ਉਹ ਅਗਰ ਵੱਡੇ ਨੇ ਉਹਨਾਂ ਤੋਂ ਕੁਝ ਸਿੱਖ ਕੇ ਅਸੀਂ ਵੀ ਆਪਣਾ ਸ਼ਾਰਟ ਫਾਰਮ ਰੱਖ ਸਕਦੇ ਆ ਆਪਣੇ ਸੋਨੀ ਕਾਸਟ ਨੂੰ ਅੱਗੇ ਨਾਮ ਵਧਾਓ ਆਪਣਾ ਨਾਮ ਤਾਂ ਚਲੋ ਸਾਰੇ ਜਾਣਦੇ ਨੇ ਸੋਨੀ ਨੂੰ ਵਧਾਓ ਆਪਣੀ ਕਾਸਟ ਨੂੰ ਐਮ ਕੇ ਸੋਨੀ ਹਾਂ ਵੀ ਸਾਨਨੇਵਾਲ ਲੁਧਿਆਣੇ ਦੇ ਵਿੱਚ ਨਾਮ ਐਦਾਂ ਹੋਵੇ ਕਿ ਐਮ ਕੇ ਸੋਨੀ ਹਾਂ ਵੀ ਇੱਕ ਇੰਡਸਟਰੀਅਲਿਸਟ ਬੰਦਾ ਹੋਊਗਾ ਨਾਲ 10 ਸਾਲਾਂ ਦੇ ਵਿੱਚ ਵਿੱਚ ਹਾਂਜੀ ਹੁਣ ਵੀ ਆਪਾਂ ਨੇ ਇੱਕ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਕਦੇ ਵੀ ਕਿਸੇ ਨੇ ਕੋਈ ਸੋਚ ਸੋਚ ਰੱਖਣੀ ਹੋਵੇ ਬਿਨਸਸ ਦੀ ਕਰੇ ਵੀ ਕੋਈ ਸਲਾਹ ਲੈਣੀ ਹੋਵੇ ਜਿੱਦਾਂ ਮਰਜੀ ਮੈਨੂੰ ਫੋਨ ਕਰਕੇ ਪੁੱਛ ਸਕਦੇ ਨੇ ਹਾਂਜੀ ਮੈਂ ਆਪਣਾ ਹਾਂਜੀ ਭਾਈ ਨਾਤੇ ਜਾਂ ਕਿਸੇ ਨੂੰ ਸਲਾਹ ਲੈਣੀ ਹੋਵੇ ਤਾਂ ਮੈਂ ਭਾਈ ਨਾਤੇ ਉਹਨਾਂ ਨੂੰ ਸਲਾਹ ਦੇ ਸਕਦਾ ਮੈਂ ਬਹੁਤ ਬੰਦਿਆਂ ਨੂੰ ਸਲਾਹ ਦਿੰਦਾ ਰਹਿੰਦਾ ਯਾਰਾ ਦੋਸਤਾਂ ਨੂੰ ਬਹੁਤ ਬੰਦਿਆਂ ਦਾ ਮੈਂ ਬਿਜ਼ਨਸ ਵੀ ਸੈੱਟ ਕਰਵਾਇਆ ਹਾਂਜੀ ਆਸਟ੍ਰੇਲੀਆ ਦੇ ਵਿੱਚ ਇੱਕ ਮੇਰਾ ਫਰੈਂਡ ਹੈਗਾ ਉਹਦਾ ਨਾਮ ਮੈਂ ਲਊਂਗਾ ਅਨਸ਼ੂਮਨ ਤੇ ਅਨਸ਼ੂਮਨ ਨੂੰ ਵੀ ਕੁਝ ਗੱਲਾਂ ਚ ਉਹ ਡਿਪਰੈਸ਼ਨ ਚ ਹੋ ਗਿਆ ਸੀ ਉਹਦੀ ਮੰਮੀ ਜਦੀ ਡੈਥ ਹੋ ਗਈ ਸੀ ਤੇ ਉਹ ਥੋੜਾ ਡਿਪਰੈਸ਼ਨ ਚ ਹੋ ਗਿਆ ਸੀ ਤੇ ਫਿਰ ਉਹਨੂੰ ਮੈਂ ਸਮਝਾਇਆ ਮੈਂ ਕਿਹਾ ਦੇਖ ਆ ਨਾਈ ਲਾਈਫ ਦੇ ਵਿੱਚ ਤੂੰ ਆਪਣਾ ਸੋਚ ਕੇ ਚੱਲ ਇਹ business ਕਿਦਾਂ ਸੈੱਟ ਕਰਨਾ ਉਹਨੇ ਇਹ ਲਗਾ ਲਓ ਉਹਨੇ ਆਪਣਾ ਇੱਥੋਂ ਦੀ ਜਾ ਕੇ ਆਹ ਲੋਕਡਾਊਨ ਤੋਂ ਬਾਅਦ ਉੱਥੇ ਆਪਣੇ ਲਗਾ ਲਓ ਖੇਤੀਬਾੜੀ ਲਈ ਜ਼ਮੀਨ ਲਈ ਜਿਹੜੇ ਬੰਦੇ ਨੂੰ ਇਹ ਵੀ ਸੀ ਨਹੀਂ ਪਤਾ ਸੀ ਪੰਜਾਬੀ ਪੰਜਾਬੀਆਂ ਦਾ ਨਾਮ ਚਮਕਾਇਆ ਪੰਜਾਬੀਆਂ ਦਾ ਕਿੱਦਾਂ ਨਾਮ ਚੱਕਵਾਉਂਦੇ ਖੇਤੀਬਾੜੀ ਚ ਫਿਰ ਆਸਟ੍ਰੇਲੀਆ ਜਾ ਕੇ ਉਹਨੇ 20 ਤੋਂ 25 ਏਕੜ ਜ਼ਮੀਨ ਲੈ ਕੇ ਹੁਣ ਉੱਥੇ ਸਟ੍ਰਾਬਰੀ ਦੀ ਖੇਤੀ ਕਰ ਰਹੇ ਹਾਂਜੀ ਤੇ ਉਹ ਵੀ ਹੁਣ ਇੰਨਾ ਖੁਸ਼ ਹੈਗਾ ਮੇਰੇ ਨਾਲ ਵੀ ਚਲੋ ਮੇਰੇ ਨਾਲ ਭਰਾ ਵਾਂਗੂ ਉਹਦਾ ਪਿਆਰ ਹੈਗਾ ਤੇ ਇਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਬੀਨਸ ਕੁਝ ਵੀ ਕਰਨਾ ਦਿਲੋਂ ਕਰੋ ਸੋਚ ਵੱਡੀ ਕਰਕੇ ਚੱਲੋ ਹਾਂਜੀ ਕੀ ਬਾਤ ਹੈ ਜੀ ਤਾਂ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਜੇ ਕਿਸੇ ਨੇ ਸਲਾਹ ਵੀ ਲੈਣੀ ਹੈ ਬਹੁਤ ਸਾਰੇ ਨੌਜਵਾਨ ਹੁੰਦੇ ਨੇ ਜੋ ਕਨਫਿਊਜ਼ ਹੋ ਜਾਂਦੇ ਨੇ ਕਿ ਬਈ ਹੁਣ ਅਸੀਂ ਕੀ ਕਰੀਏ ਜਾਂ ਫਿਰ ਕੋਈ ਕੰਮ ਨਹੀਂ ਨਜ਼ਰ ਆ ਰਿਹਾ ਕਿਵੇਂ ਸਟਾਰਟ ਕਰੀਏ ਤਾਂ ਜ਼ਰੂਰ ਤੁਸੀਂ ਇਹਨਾਂ ਤੋਂ ਸਲਾਹ ਲੈ ਸਕਦੇ ਹੋ ਮੈਂ ਇਹਨਾਂ ਦਾ ਨੰਬਰ ਜ਼ਰੂਰ ਸ਼ੇਅਰ ਕਰਾਂਗੀ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਗੱਲ ਜਿਹੜੀ ਆ ਜਿਵੇਂ ਕਿ ਉਹਨਾਂ ਨੇ ਖੁਦ ਆਪਣੇ ਆਪ ਕਿਹਾ ਕਿ ਕਿਸੇ ਤਰ੍ਹਾਂ ਦਾ ਵੀ ਜਿਵੇਂ ਬਹੁਤ ਚੰਗਾ ਲੱਗਿਆ ਤੁਹਾਡੀ ਗੱਲ ਸੁਣ ਕੇ ਕਿ ਤੁਸੀਂ ਸਾਥ ਦੇਣਾ ਚਾ ਰਹੇ ਹੋ ਜ਼ਰੂਰ ਆਪਣਾ ਨੰਬਰ ਬੋਲ ਦਿਓ ਹਾਂਜੀ ਮੈਮ ਮੈਂ ਸਾਨੇਵਾਲ ਦਾ ਰਹਿਣੇ ਵਾਲਾ ਹਾਂ ਮੇਨ ਜੀਟੀ ਰੋਡ ਤੇ ਜੀਟੀ ਰੋਡ ਸਾਨਨੇਵਾਲ ਓਪੋਜ਼ਿਟ ਜਿਫਕੋ ਰਿਜ਼ੋਰਟ ਸਾਨਨੇਵਾਲ ਤੇ ਮੇਰਾ ਕੰਟੈਕਟ ਨੰਬਰ 9998 99142 ਮੈਂ ਦੁਬਾਰਾ ਰਿਪੀਟ ਕਰ ਰਹੇ ਹਾਂ 9998 99142 ਸ਼ੁਕਰੀਆ ਬਹੁਤ-ਬਹੁਤ ਇਨੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਅੱਜ ਅਸੀਂ ਆਏ ਹੀ ਖਾਸ ਇੱਕ ਸਪੈਸ਼ਲ ਇੰਟਰਵਿਊ ਕਰਨਾ ਕਿ ਵਜ੍ਹਾ ਕੀ ਸੀਗੀ ਉੱਥੋਂ ਆ ਕੇ ਤੇ ਬਹੁਤ ਵਧੀਆ ਬਿਜ਼ਨਸ ਜਿਵੇਂ ਚੱਲ ਰਿਹਾ ਬਹੁਤ ਚੰਗਾ ਲੱਗਿਆ ਸ਼ੁਕਰੀਆ ਬਹੁਤ-ਬਹੁਤ ਤਾਂ ਦਰਸ਼ਕੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਸੋਚ ਹੈ ਤਾਂ ਜ਼ਰੂਰ ਤੁਸੀਂ ਆਪਣੇ ਸੋਚ ਨੂੰ ਬੁਲੰਦੀਆਂ ਤੱਕ ਜ਼ਰੂਰ ਲੈ ਕੇ ਜਾਓ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਦਿੱਕਤ ਜੇ ਆਣੀ ਹੈ ਤਾਂ ਉਹਦਾ ਸਾਹਮਣਾ ਜਿਹੜਾ ਚੰਗੀ ਤਰ੍ਹਾਂ ਤੁਸੀਂ ਕਰ ਸਕੋ ਤੇ ਆਪਣੇ ਇੱਕ ਡਰ ਨੂੰ ਸਾਈਡ ਰੱਖੋ ਕਹਿੰਦੇ ਹਨ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਬਸ ਬਾਕੀ ਸਭ ਚੱਲਣ ਦਿਓ ਮਨਦੀਪ ਜੀ ਕਿਹਾ ਜਾਂਦਾ ਹੈ ਕਿ ਕਿਸੇ ਵੀ ਕਾਮਯਾਬੀ ਦੇ ਪਿੱਛੇ ਨਾ ਕੋਈ ਵਜ੍ਹਾ ਹੁੰਦੀ ਹੈ ਕੀ ਵਾਪਰਿਆ ਸੀ ਐਸਾ ਲਾਈਫ ਦੇ ਵਿੱਚ ਕਿ ਤੁਸੀਂ ਇਸ ਮੁਕਾਮ ਤੱਕ ਪਹੁੰਚੋ ਯਾਨੀ ਇੱਕ ਇਨਸਾਨ ਕੋਈ ਐਸਾ ਇਨਸਾਨ ਜੋ ਇਸ ਦੇ ਪਿੱਛੇ ਖੜਿਆ ਹੋਵੇ ਮੈਮ ਇਹ ਗੱਲ 2005 ਦੇ ਵਿੱਚ ਵਾਪਰੀ ਸੀ ਤੇ ਮੈਂ 10th ਕਲਾਸ ਵਿੱਚ ਸਟੱਡੀ ਕਰ ਰਿਹਾ ਸੀ ਆਪਣੇ ਸਾਨੇਵਾਲ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਵਿੱਚ ਤੇ ਉੱਥੇ ਮੈਂ ਕਾਫੀ ਨੋਟੀ ਹੁੰਦਾ ਸੀ ਗੇਮਸ ਦੇ ਵਿੱਚ ਇਹ ਲਗਾ ਲਓ ਮੈਂ ਡਿਸਟ੍ਰਿਕਟ ਲੈਵਲ ਤੱਕ ਵੀ ਕ੍ਰਿਕਟ ਖੇਡੇ ਆ ਤੇ ਕ੍ਰਿਕਟ ਦੇ ਵਿੱਚ ਜ਼ਿਆਦਾ ਇੰਟਰਸਟ ਸੀ ਮੇਰਾ ਵਾਲੀਬਾਲ ਬਹੁਤ ਖੇਡਦਾ ਸੀ ਤੇ ਸਟੱਡੀ ਦੇ ਵਿੱਚ ਲਗਾ ਲਓ ਮੈਥਮੈਟਿਕਸ 'ਚ ਮੈਂ 100/100 ਆਂਦੇ ਸੀ। ਬਾਕੀ ਸਟੱਡੀ 'ਚ ਮੇਰਾ ਧਿਆਨ ਨਹੀਂ ਹੁੰਦਾ ਸੀ। ਤੇ ਸਾਡੇ ਪ੍ਰਿੰਸੀਪਲ ਮੈਡਮ ਹੁੰਦੇ ਸੀ ਉੱਥੇ ਰੀਨੂ ਜੀ ਤੇ ਆਪਣੇ ਜਿਹੜੇ ਚੇਅਰਪਰਸਨ ਨੇ ਟੈਗੋਰ ਮੈਡਮ ਟੈਗੋਰ ਦੇ ਸ਼ਵਤੀ ਅਨੇਜਾ ਜੀ। ਅੱਛਾ। ਤੇ ਉਹਨਾਂ ਨੇ ਮੈਨੂੰ ਇੱਕ ਵਾਰ ਗੁੱਸੇ ਦੇ ਵਿੱਚ ਕਿਹਾ ਸੀ ਕਿ ਤੂੰ ਕਦੇ ਜ਼ਿੰਦਗੀ 'ਚ ਜੌਬ ਨਹੀਂ ਕਰ ਪਾਵੇਂਗਾ। ਅੱਛਾ। ਤੇ ਇਹ ਲਗਾ ਲਓ ਉਹ ਦਿਨ ਤੋਂ ਮੈਂ ਸਟੇਟਸ ਵੀ ਪਾਇਆ ਸੀ ਆਪਣੇ ਫੇਸਬੁਕ ਤੇ ਆਪਣੇ ਫੇਸਬੁਕ ਆਈਡੀ ਤੇ ਮਨ ਮਕੇ ਸੋਨੀ ਵਾਲੀ ਤੇ ਕਿ ਕਿ ਇਹ ਇਹੀ ਵਰਡਿੰਗ ਰੱਖੀ ਸੀ ਕਿ ਤੂੰ ਕਦੇ ਜੌਬ ਨਹੀਂ ਕਰ ਪਾਏਂਗਾ ਫਿਰ ਮੈਂ ਕਿਹਾ ਉਹ ਐਬਸੋਲੂਟਲੀ ਰਾਈਟ ਸੀ ਮੈਂ ਕਦੇ ਜੌਬ ਨਹੀਂ ਕਰ ਪਾਇਆ ਤੇ ਆਪਣਾ Empire ਸਟੈਬਲਿਸ਼ ਕਰਨਾ ਸੀ ਉਹ Empire ਹੁਣ ਸਟੈਬਲਿਸ਼ ਕਰ ਲਿਆ ਤੇ ਹੁਣ ਉਹਨਾਂ ਨੂੰ ਵੀ ਨਾਜ਼ ਹੈਗਾ ਕਿ ਸਾਡੇ ਸਕੂਲ ਦਾ ਬੱਚਾ ਠਗੋਰ ਸਕੂਲ ਦਾ ਬੱਚਾ ਇਹਨਾਂ ਅੱਪ ਚਲੇ ਗਿਆ ਤੇ ਉਹੀ ਮੈਂ ਤੁਹਾਨੂੰ ਅੱਗੇ ਉਹੀ ਵਰਡਿੰਗ ਦੱਸੀ ਸੀ ਨਾ ਕੱਖਾਂ ਦਾ ਸੀ ਨਾ ਲੱਖਾਂ ਦਾ ਸੀ ਨਾ ਇਹ ਲਗਾ ਲਓ ਅੱਗੇ ਸੋਚ ਸੀ ਮੇਰੀ ਬਸ ਇਹ ਉਸ ਦਿਨ ਮਾਈਂਡ ਚ ਇਹ ਲਾ ਲਓ ਚਾਹੇ ਪਿੰਚ ਕਰ ਗਈ ਚਾਹੇ ਕੁਝ ਵੀ ਸੀ ਚਾਹੇ ਉਹਨਾਂ ਦਾ ਇਹ ਲਾ ਲਓ ਗੁੱਸੇ ਦੇ ਵਿੱਚ ਸਾਨੂੰ ਉਹਨਾਂ ਦਾ ਉਹਨਾਂ ਦੀ ਬlesਸਿੰਗ ਹੈਗੀ ਸੀ ਬਸ ਉਸ ਦਿਨ ਤੋਂ ਸੋਚ ਰੱਖ ਲਈ ਇੱਕ ਆਪਣਾ ਬਿਨਸਸ ਐਸਟੈਬਲਿਸ਼ ਕਰਨਾ ਤੇ ਉਹ ਹੁਣ ਕਰਕੇ ਹੀ ਛੱਡਿਆ ਹੁਣ ਮੈਡਮ ਵੀ ਹੁਣ ਸਾਨੂੰ ਫੋਨ ਵੀ ਆਂਦਾ ਬਹੁਤ ਖੁਸ਼ ਨੇ ਕਿ ਮੈਂ ਚਾਹੇ ਬੱਚਾ ਗੁੱਸੇ ਵਿੱਚ ਬੋਲਿਆ ਸੀ ਪਰ ਤੂੰ ਬੇਟਾ ਨਾਮ ਟੈਗੋਰ ਦੇ ਟੈਗੋਰ ਸਕੂਲ ਦਾ ਸਭ ਤੋਂ ਅੱਪ ਕੀਤਾ ਸਾਰੇ ਸਟੂਡੈਂਟ ਦੇ ਵਿੱਚੋਂ ਇਹ ਲਗਾ ਲਓ ਸਭ ਤੋਂ ਵੱਧ ਮਤਲਬ ਸਕਸੈਸ ਸਿਰਫ ਇੱਕ ਹੀ ਲਗਾ ਲਓ ਮੈਂ ਹੀ ਹੋਇਆ ਬਾਕੀਆਂ ਤੋਂ ਚਾਹੇ ਫੋਰਨ ਚਲੇ ਗਏ ਹੁਣ ਮੈਡਮ ਵੀ ਸਾਰੇ ਖੁਸ਼ ਨੇ ਟੀਚਰ ਵੀ ਖੁਸ਼ ਨੇ ਕਿ ਹਾਂ ਜੀ ਇਹੀ ਮੇਨ ਮੇਨ ਦੀ ਵਜੇ ਸੀ ਉਸ ਤੋਂ ਬਾਅਦ ਫਿਰ ਮੈਂ ਆਪਣਾ ਕੀਤਾ ਸੀ ਇਸੇ ਤਰ੍ਹਾਂ ਲੁਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ ਤਾਂ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰਿਓ ਕਿ ਜੋ ਇੱਕ ਸਮੇਂ ਦੇ ਵਿੱਚ ਲਾਈਫ ਜਾ ਕੇ ਜੇ ਉਹ ਟੁੱਟਣ ਲੱਗ ਜਾਂਦੇ ਨੇ ਕਿ ਇੱਕ ਸਹਾਰਾ ਬਣ ਸਕਦੇ ਨੇ ਮਨਦੀਪ ਜੀ ਸਲਾਹ ਦੇ ਸਕਦੇ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਵੀ ਤੁਸੀਂ ਸਲਾਹ ਲੈਣਾ ਚਾਹੁੰਦੇ ਹੋ ਇਸੇ ਤਰ੍ਹਾਂ ਨਾਲ ਪ੍ਰੋਗਰਾਮ ਨੂੰ ਪਲੀਜ਼ ਸ਼ੇਅਰ ਕਰ ਦਿਓ ਤੇ ਪੰਜਾਬ ਨਿਊਜ਼ ਨਾਲ ਬਨੇ ਰਹੋ ਸਤਿ ਸ਼੍ਰੀ ਅਕਾਲ